ਸਾਹਿਬ ਅੱਜ ਖਰੀਦ ਸ਼ੁਰੂ ਹੋ ਰਹੀ ਹੈਗੀ ਹੈ ਸੀਆਈ ਵੱਲੋਂ ਤੁਹਾਡੇ ਗੋਡਾਊਨ ਦੇ ਵਿੱਚ। ਹਾਂਜੀ, ਕਿਸਾਨਾਂ ਨੂੰ ਕੀ ਫੈਸਿਲਿਟੀਆਂ ਦੇ ਰਹੀਆਂ ਔਰ ਜਿਸ ਤਰੀਕੇ ਨਾਲ ਬਰਸਾਤਾਂ ਹੋਈਆਂ ਸੀਗੀਆਂ ਅਤੇ ਕੀ ਨਵੀਂ ਟਰਮ ਐਂਡ ਕੰਡੀਸ਼ਨ ਆਈਆਂ? ਸਰ, ਇਹਦੇ 'ਚ ਇਹ ਜੀ ਭਾਰਤ ਸਰਕਾਰ ਵੱਲੋਂ ਬਰਸਾਤਾਂ ਨੂੰ ਦੇਖਦੇ ਹੋਏ, ਪਿੱਛੇ ਕਾਫੀ ਬੇਮੌਸਮੀ ਬਰਸਾਤਾਂ ਹੋਈਆਂ ਉਹਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਕਾਫੀ ਛੋਟਾਂ ਦਿੱਤੀਆਂ ਗਈਆਂ ਅਤੇ ਉਹ ਛੋਟਾਂ ਇੱਥੇ ਵੀ ਐਪਲੀਕੇਬਲ ਹੋਣਗੀਆਂ ਜੋ ਆਮ ਮੰਡੀ ਵਿੱਚ ਹੁੰਦੀਆਂ। ਬਾਕੀ ਕਿਸਾਨਾਂ ਨੂੰ ਇੱਥੇ ਫਾਇਦਾ ਇਹ ਹੈ ਕਿ ਇੱਕ ਤਾਂ ਉਹ ਇੱਕ ਦੋ ਘੰਟਿਆਂ ਦੇ ਵਿੱਚ ਇੱਥੋਂ ਫ੍ਰੀ ਹੋ ਕੇ ਆਪਣਾ ਚਲੇ ਜਾਂਦੇ ਆ, ਉਹਨਾਂ ਦੀ ਪੂਰੀ ਦੀ ਪੂਰੀ ਟਰਾਲੀ ਦਾ ਇੱਥੇ ਪੇਮੈਂਟ ਹੋ ਜਾਂਦੀ ਹੈ, ਉਹਨਾਂ ਨੂੰ ਕੋਈ ਜ਼ਿਆਦਾ ਖੱਜਲ ਖੁਆਰੀ ਇੱਥੇ ਨਹੀਂ ਸਹਿਣੀ ਪੈਂਦੀ। ਜਿਹੜੇ ਕਿਸਾਨ ਆਉਂਦੇ ਉਹਨਾਂ ਵਾਸਤੇ ਕੁਛ ਫੈਸਿਲਿਟੀਜ਼ ਵਗੈਰਾ ਰੱਖੀਆਂ ਜੀ, ਪਾਣੀ ਵਗੈਰਾ? ਹਾਂਜੀ ਹਾਂਜੀ, ਸਾਰੇ ਅਰੇਂਜਮੈਂਟ ਹੈ ਜੀ, ਪਾਣੀ ਦਾ ਵੀ ਅਰੇਂਜਮੈਂਟ ਹੈ, ਵਾਟਰ ਕੂਲਰਸ ਵੀ ਲੱਗੇ ਹੋਏ ਹੈ, ਬਾਕੀ ਅਸੀਂ ਇੱਥੇ ਕੰਟੀਨ ਦਾ ਵੀ ਇੱਕ ਅਰੇਂਜਮੈਂਟ ਕਰ ਦਿੰਦੇ ਹੁੰਦੇ ਹਾਂ ਅਤੇ ਉਹ ਹੁਣ ਜਿਵੇਂ ਜਿਵੇਂ ਰਸ਼ ਵਧੇਗਾ ਉਸ ਹਿਸਾਬ ਨਾਲ ਅਰੇਂਜਮੈਂਟਸ ਅਸੀਂ ਹੋਰ ਬਾਕੀ ਵੀ ਜਿਹੜੇ ਲੋੜੀਂਦੇ ਉਹ ਕਰਦੇ ਜਾਵਾਂਗੇ। ਇੱਥੇ ਖਰੀਦ ਸਾਰੀ ਐਫਸੀਆਈ ਦੀ ਹੁੰਦੀ ਹੈ? ਸਾਰੀ ਦੀ ਸਾਰੀ ਖਰੀਦ ਐਫਸੀਆਈ ਦੀ ਹੁੰਦੀ ਹੈ ਜੀ। ਔਰ ਜੇ ਆਪਾਂ ਗੱਲ ਕਰੀਏ ਵੀ ਐਤਕੀ ਕਿੰਨੀ ਕੁ ਖਰੀਦ ਜਿਹੜੀ ਹੈਗੀ ਐਫਸੀਆਈ ਕਰ ਰਹੀ ਤੁਹਾਡੇ ਥਰੂ? ਐਤਕੀ ਸਾਡੇ ਕੋਲ ਇਸ ਵੇਲੇ ਤੱਕ 1,34,000 ਟਨ ਦੀ ਸਪੇਸ ਹੈ ਜੀ, ਮਤਲਬ 27 ਲੱਖ ਬੋਰੀ ਦੀ ਜਗ੍ਹਾ ਹੈਗੀ ਹੈ ਅਤੇ ਹੋਰ ਵੀ ਸਪੈਸ਼ਲ ਪਲੈਨਡ ਹੈ ਉਹ ਜਾ ਰਹੀਆਂ ਲਗਾਤਾਰ ਅਤੇ ਸਾਨੂੰ ਉਮੀਦ ਹੈ ਕਿ 30 ਲੱਖ ਬੋਰੀ ਦੇ ਆਸ ਪਾਸ ਇਸ ਵਾਰੀ ਖਰੀਦ ਹੋ ਜਾਏਗੀ। ਅੱਜ ਕੀ ਖਰੀਦ ਕੇ ਬਾਰੇ ਮੈਂ ਕਿਆ ਕਹੇਗੇ ਜੀ? ਅੱਜ ਕੀ ਖਰੀਦ ਇਹ ਕਹੂੰਗਾ ਕਿ ਅੱਜ ਅੱਛਾ ਸ਼ੁਰੂਆਤ ਕੀ ਹੈ ਹਮਨੇ, ਵੀਟ ਆਉਣਾ ਸ਼ੁਰੂ ਹੋ ਗਿਆ ਮੰਡੀ ਮੇਂ ਤੋ ਮਤਲਬ ਅੱਛੇ ਓਕੇਸ਼ਨ ਪੇ ਹਮਨੇ ਅੱਛਾ ਕਾਮ ਯਹਾਂ ਪੇ ਸ਼ੁਰੂਆਤ ਕੀ ਹੈ, ਬਸ ਹਮ ਯਹੀ ਆਸ਼ਾ ਕਰੇਂਗੇ ਕਿ ਯਹਾਂ ਪੇ ਇਸ ਸੀਜ਼ਨ ਮੇਂ ਸਾਰਾ ਫਾਰਮਰ ਕਾ ਕਾਮ ਆਸਾਨੀ ਸੇ ਬਿਨਾਂ ਕੋਈ ਹਿਚਕ ਵੋ ਕਾਮ ਹੋ ਜਾਏ ਉਨਕਾ, ਔਰ ਹਮਾਰੇ ਤਰਫ ਸੇ ਪੂਰੀ ਤਿਆਰੀ ਹੈ, ਹਮਾਰੇ ਸਟਾਫ ਵੀ ਯਹਾਂ ਪੇ ਤੈਨਾਤ ਹੈ, ਯਹਾਂ ਅਡਾਨੀ ਸਟਾਫ ਸੇ ਵੀ ਲੋਕਲ ਮੈਨੇਜਮੈਂਟ ਸੇ ਮੇਰੀ ਪੂਰੀ ਬਾਤ ਹੋ ਰਹੀ ਹੈ, ਡੇਲੀ ਮੈਂ ਟੱਚ ਮੇਂ ਹੂੰ ਇਨਸੇ, ਤੋ ਹਮ ਯਹ ਇਨਸ਼ੋਰ ਕਰੇਂਗੇ ਕਿ ਫਾਰਮਰ ਕੋ ਯਹਾਂ ਪੇ ਭਲੇ ਸਾਰੇ ਡਿਸਟ੍ਰਿਕਟ ਮੇਂ ਵੀ ਪ੍ਰੋਕਿਊਰਮੈਂਟ ਕੇ ਲੈ ਕੇ ਕੋਈ ਵੀ ਦਿੱਕਤ ਨਾ ਆਏ, ਹਮ ਇਸ ਪੇ ਲਗੇ ਹੈ, ਹਮਾਰੀ ਡੇਲੀ ਮੋਨੀਟਰਿੰਗ ਹੋ ਰਹੀ ਹੈ, ਰਿਵਿਊਇੰਗ ਹੋ ਰਹੀ ਹੈ, ਹਮਾਰੇ ਹਾਇਰ ਆਫਿਸਰਸ ਵੀ ਇਸਕੋ ਕਲੋਜ਼ਲੀ ਵੈਰੀ ਕਲੋਜ਼ਲੀ ਮੋਨੀਟਰ ਕਰ ਰਹੇ ਹੈ, ਤੋ ਹਮਾਰਾ ਯਹੀ ਕੋਸ਼ਿਸ਼ ਰਹੇਗਾ ਕਿ ਫਾਰਮਰ ਕੋ ਕੋਈ ਦਿੱਕਤ ਨਾ ਹੋ, ਉਸਕਾ ਫਾਰਮਰ ਕਾ ਵਿਦ ਇਨ ਦਾ ਸਪੈਸੀਫਿਕੇਸ਼ਨ ਜੋ ਵੀ ਫਾਰਮਰ ਆਪਣਾ ਫਸਲ ਲੈ ਆ ਰਹੇ ਉਨਕੀ ਸਾਰੀ ਖਰੀਦ ਹੋ ਜਾਏਗੀ ਔਰ ਉਨਕਾ ਕਾਮ ਆਸਾਨ ਸੇ ਹੋ ਜਾਏਗਾ। ਮੇਰੇ ਸਰ, ਜੈਸੇ ਕਿ ਅਭੀ ਪਿਛਲੇ ਦਿਨੋਂ ਬਰਸਾਤੇ ਹੋਈ ਹੈ ਔਰ ਗੇਹੂੰ ਕਿ ਵੋ ਕੁਆਲਿਟੀ ਨਹੀਂ ਆਏਗੀ, ਤੋ ਉਸਕੇ ਲੀਏ ਸਰਕਾਰ ਨੇ ਕੁਛ ਕਿਆ ਰਿਲੈਕਸੇਸ਼ਨ? ਬਿਲਕੁਲ ਬਿਲਕੁਲ ਸਰ, ਸਰਕਾਰ ਨੇ ਇੱਕ ਕਮੇਟੀ ਫਾਰਮ ਕੀ ਹੈ ਕੇਂਦਰ ਸਰਕਾਰ ਸੇ, तो कमेटी ने आके अपना वो एनालिसिस कर लिए, सैंपल ले गए, फिर उसके बेसिस पे सरकार ने कल यूआरएस के रिलैक्सेशंस भी डिक्लेयर किए हैं, तो उसके बेसिस पे जो भी रिलैक्सेशंस के स्पेसिफिकेशंस के अंदर जितना भी स्टॉक आ रहा है वो हम लेंगे, और वो रिलैक्सेशंस लस्टर लॉस के भी है और शेवल्ड और ब्रोकन के भी है, जो भी विद इन द स्पेसिफिकेशंस है वो जो गाइडलाइन सरकार की तरफ से। बिल्कुल बिल्कुल। चेयरमैन साहब, आज खरीद शुरू हुई है अदानी दे विच एफसीआई वालों, आज तुसी भी पहुंचे हो शुरू ते, की कहोगे? ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਆਪਦਾ ਟਾਈਮ ਟੂ ਟਾਈਮ ਕੱਢ ਕੇ ਪਹੁੰਚੀ ਹੈ। ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ, ਸ਼ੁਭ ਦਿਨ ਆ, ਜਿਹੜਾ ਕਿ ਅੰਨਦਾਤੇ ਨੇ ਇੰਨੀ ਮਿਹਨਤ ਕੀਤੀ ਆ, ਪਰਮਾਤਮਾ ਨੇ ਜੋ ਕਰਨਾ ਮੈਂ ਤਾਂ ਕਹਿੰਦਾ ਵੀ ਜੋ ਹੋ ਗਿਆ ਠੀਕ ਹੋ ਗਿਆ। ਇਹ ਕਈ ਵਾਰੀ ਇਹੋ ਜਿਹੀਆਂ ਮਾਰਾਂ ਪੈਂਦੀਆਂ, ਜੇ ਪਿਛਲੇ ਸਾਲ ਪਈ ਸੀਗੀ ਆਪਣਾ ਉਹਨੂੰ ਬਿਮਾਰੀ ਕਹਿ ਦਿੰਦੇ ਹਾਂ ਵਾਇਰਸ ਜਿਹੜੀ ਸੀਗੀ, ਉਹਦੇ ਕਾਰਨ ਕਿੰਨੀਆਂ ਮੌਤਾਂ ਹੋਈਆਂ, ਐਤਕੀ ਅਨਾਜ 'ਤੇ ਪੈ ਗਈਆਂ, ਅਨਾਜ ਦਾ ਨੁਕਸਾਨ ਹੋ ਗਿਆ, ਅਤੇ ਜਿਹੜਾ ਅਨਾਜ ਅਸੀਂ ਹੁਣ ਟਰਾਲੀਆਂ ਦੇ ਸਾਹਮਣੇ ਦੇਖਿਆ, ਜ਼ਿਮੀਂਦਾਰ ਕਣਕ ਵੱਢ ਕੇ ਲਿਆਏ ਆ, ਉਹਦੇ ਵਿੱਚ ਬਰੀਕ ਦਾਣਾ ਜ਼ਰੂਰ ਹੈਗਾ ਜਾਂ ਕੋਈ ਹਲਕਾ ਦਾਣਾ, ਹੋਰ ਕੁਆਲਿਟੀ ਤਕਰੀਬਨ ਠੀਕ ਆ। ਇਹਦੇ ਵਿੱਚ ਜਿਹੜੇ ਕੱਟ ਲਾਏ ਜਾ ਰਹੇ ਆ ਉਹ ਅਸੀਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ, ਸੈਂਟਰ ਗੌਰਮੈਂਟ ਨੂੰ ਬੇਨਤੀ ਕਰਦੇ ਵੀ ਜ਼ਿਮੀਂਦਾਰਾਂ ਦਾ ਅੱਗੇ ਹੀ ਕੱਟਾ ਪੂਰਾ ਨਹੀਂ ਹੋਇਆ ਗਾ, ਉਹ ਪੰਜਾਬ ਸਰਕਾਰ ਨੇ ਤਾਂ ਬੋਨਸ ਦਾ ਐਲਾਨ ਕਰਤਾ, ਸੋਰੀ ਆਪਣਾ ਮੁਆਵਜ਼ੇ ਦਾ ਕਰਤਾ ਵੀ ਜਿੰਨਾ 67% 67,650 ਰੁਪਏ ਮਿਲਣਗੇ, ਜਿਹੜੇ 50% ਦੇ ਇਸ 'ਤੇ 100% ਦਾ ਮਿਲੂਗਾ 15,000 ਰੁਪਇਆ। ਅਸੀਂ ਸੈਂਟਰ ਗੌਰਮੈਂਟ ਨੂੰ ਵੀ ਅਰਜ਼ ਕਰਦੇ ਹਾਂ, ਬੇਨਤੀ ਕਰਦੇ ਮੋਦੀ ਸਾਹਿਬ ਨੂੰ ਵੀ ਕੁਛ ਨਾ ਕੁਛ ਉਹ ਜ਼ਿਮੀਂਦਾਰਾਂ ਨੂੰ ਬੋਨਸ ਦੇ ਰੂਪ ਵਿੱਚ ਜ਼ਰੂਰ ਦੇਣ, ਇਸ ਕਰਕੇ ਜ਼ਿਮੀਂਦਾਰ ਦਾ ਥੋੜ੍ਹਾ ਜਿਹਾ ਭਾਰ ਹਲਕਾ ਹੋ ਜਾਏ, ਕਿਉਂਕਿ ਠੇਕੇ ਜਿਹੜੇ 60-65,000 ਨੂੰ ਹੋਏ ਪਏ ਆ, ਲੋਕਾਂ ਨੂੰ ਇਹ ਸੀ ਉਮੀਦ ਹੋਵੇ ਐਤਕੀ ਇੰਨੀ ਤੂੜੀ ਨਿਕਲੂਗੀ, ਇੰਨੀ ਕਣਕ ਨਿਕਲੂਗੀ, ਉਹ ਸਾਰਾ ਪਾਣੀ ਫਿਰ ਗਿਆ, ਕਿਉਂਕਿ ਤੂੜੀ ਦੀ ਇੱਕ ਟਰਾਲੀ ਸਿਰਫ ਮਸਾਂ ਬਣਨੀ ਆ, ਕਿੱਥੇ 4 ਟਰਾਲੀਆਂ ਤੂੜੀਆਂ ਦੀ ਆਮਦਨ ਸੀਗੀ, ਇਹ ਵੀ ਘਾਟਾ ਬਹੁਤ ਵੱਡਾ ਜ਼ਿਮੀਂਦਾਰ ਨੂੰ ਪਿਆ। ਰਾਮ ਸਿੰਘ ਕਿਹੜੇ ਪਿੰਡੋਂ ਆਏ? ਦੌਲਤਪੁਰ। ਹਾਂ, ਇਹ ਟਾਈਮ ਦੀ ਬੱਚਤ ਹੁੰਦੀ ਇੱਥੇ, ਇੱਕ ਦਾਣਾ ਦੂਣਾ ਸਾਡਾ ਵਿੱਚੇ ਜਾ ਵੜਦਾ, ਜਿਹੜਾ ਮਾੜਾ ਮੋਟਾ ਵੀ ਛੋਟਾ ਮੋਟਾ ਵੀ ਹੈ, ਕੋਈ ਕੁੰਡੀ ਕਾਂਡੀ ਵੀ ਹੈ, ਸੋਹਣਾ ਕਿਹੜਾ ਘੱਟ ਲੱਗਦਾ, ਜਿਹੜੀ ਠੀਕ ਜਾ ਵੜਦਾ ਵਧੀਆ। ਅਤੇ ਮੰਡੀ ਵਿੱਚ ਗਾਈਆਂ ਗੁਈਆਂ ਦਾ ਵੀ ਔਖਾ, ਅਤੇ ਦਿਹਾੜੀ ਲੱਗ ਜਾਂਦੀ ਉੱਥੇ, ਇੱਥੇ 4-5 ਘੰਟੇ ਜਾਣੀ, ਕਸ ਵੇਲੇ ਵੀ ਬੰਦਾ ਮੁੜ ਜਾਂਦਾ ਟਾਈਲ ਲਾ ਕੇ। ਸਹੂਲਤਾਂ ਕਿਹੜੀਆਂ? ਬਸ ਸਹੂਲਤ ਠੀਕ ਹੈ, ਬਸ ਇੱਥੇ
ਜਿਵੇਂ ਅੱਜ ਕੀ ਬਰਸਾਤ ਦੀ ਮਾਰ ਪਈ ਹੈਗੀ ਆ ਤੇ ਝਾੜ ਵੀ ਘਟ ਰਿਹਾ, ਦਾਣਾ ਵੀ ਛੋਟਾ। ਹਾਂ ਦਾਣਾ ਵੀ ਛੋਟਾ। ਹਾਂ ਹਾਂ ਕੀ ਕਹਿੰਦੇ ਖਰੀਦਣ ਨੂੰ ਹੁਣ ਖਰੀਦਣਗੇ ਫਿਰ ਗੌਰਮੈਂਟ ਦੇ ਖਰੀਦ ਰਹੇ? ਹਾਂ ਸਹੂਲਤਾਂ ਸਾਰੀਆਂ ਵਧੀਆ। ਹਾਂ ਵਧੀਆ। ਕੀ ਨਾਮ ਹੈ ਤੁਹਾਡੇ? ਨਿਰਮਲ ਸਿੰਘ ਜੀ। ਕਿਹੜੇ ਪਿੰਡ ਤੋਂ? ਪਿੰਡ ਦੌਲਤਪੁਰ ਉੱਚੇ ਤੋਂ। ਅੱਜ ਅਦਾਲੀ ਪਹੁੰਚੇ ਹੋ, ਕਣਕ ਲੈ ਕੇ ਆਏ ਹੋ, ਕਿੱਦਾਂ ਅਰੇਂਜਮੈਂਟ ਲੱਗੀ ਪਹਿਲਾਂ? ਜੀ ਅਰੇਂਜਮੈਂਟ ਤਾਂ ਸਾਨੂੰ ਬਹੁਤ ਵਧੀਆ ਲੱਗਾ, ਅਸੀਂ ਧੰਨਵਾਦ ਕਰਦੇ ਹਾਂ ਗੌਰਮੈਂਟ ਦਾ ਅਤੇ ਅਡਾਨੀ ਦਾ ਵੀ ਇੱਥੇ ਸਾਨੂੰ ਇੱਕ ਤਾਂ ਸਹੂਲਤ ਇਹ ਆ, ਸਾਡੀ ਟਾਈਮ ਦੀ ਬੱਚਤ ਆ, ਇੱਕ ਸਾਡਾ ਦਾਣਾ ਦਾਣਾ ਵਿਕ ਜਾਂਦਾ ਉੱਥੇ ਮੰਡੀਆਂ ਦੇ ਵਿੱਚ, ਪਤਾ ਹੀ ਆ ਵੀ ਉੱਥੇ ਲੇਬਰ ਤਾਂ ਥੱਲੇ ਰਹਿ ਜਾਂਦਾ, ਇੱਥੇ ਕੋਈ ਇਹੋ ਜਿਹੀ ਦਿੱਕਤ ਨਹੀਂ ਗੀ, ਛਾਣ ਬੀਣ ਚੰਗਾ ਹੁੰਦਾ, ਜਿੰਨੀ ਕੁ ਕਨਲ ਦਾ ਹੈ ਸਾਰਾ ਕੁਝ ਵਧੀਆ। ਅਤੇ ਪਰ ਸਾਨੂੰ ਇਹੀ ਪ੍ਰੋਬਲਮ ਆ ਵੀ ਜਿਹੜੀ ਕਨਲ ਦਾ ਵੀ ਹੁਣ ਰੱਬ ਦੀ ਕਰੋਪੀ ਦੇ ਨਾਲ ਕੋਈ ਦਾਣਾ ਬਰੀਕ ਹੋ ਗਿਆ ਜਾਂ ਕੋਈ ਦਾਗੀ ਹੋ ਗਿਆ, ਵੀ ਇਹ ਤਾਂ ਕਨਲ ਦਾ ਜਾਂ ਤਾਂ ਸੈਂਟਰ ਗੌਰਮੈਂਟ ਆਪਦੇ ਜ਼ਿੰਮੇ ਪਾਵੇ ਜਾਂ ਕੋਈ ਪੰਜਾਬ ਗੌਰਮੈਂਟ ਆਪਦੇ ਜ਼ਿੰਮੇ ਪਾਵੇ, ਅਤੇ ਇਹਦਾ ਸਾਨੂੰ ਉਹਦਾ ਹੱਲ ਹੋਣਾ ਚਾਹੀਦਾ। ਜੇ ਗੱਲ ਕਰੀਏ ਮੰਡੀਆਂ ਦੇ ਵਿੱਚ ਪਹਿਲਾਂ ਲੇਬਰ ਦੀ ਦਿੱਕਤ ਆਉਂਦੀ ਸੀ, ਕਿੰਨੇ ਕਿੰਨੇ ਦਿਨ ਤੁਹਾਨੂੰ ਮੰਡੀ 'ਚ ਬੈਠਣਾ ਪੈਂਦਾ ਸੀ, ਇੱਥੇ ਕੋਈ ਦਿੱਕਤ? ਹਾਂਜੀ ਉਹ ਸਾਨੂੰ ਬਹੁਤ ਫਾਇਦਾ ਹੋ ਗਿਆ ਇੱਥੇ, ਉਹਦੀ ਦਿੱਕਤ ਸਾਡੀ ਸਾਰੀ ਖਤਮ ਹੋ ਗਈ ਆ, ਉੱਥੇ ਲੇਬਰ ਹੁਣ ਆਲਮੋਸਟ ਹੀ ਲੇਬਰ ਘਟੀ ਵੀ ਆ, ਇੰਨੀ ਕੋਈ ਮੰਡੀਆਂ 'ਚ ਕੰਮ ਕਰਕੇ ਰਾਜੀ ਨਹੀਂ ਗਾ। ਅਤੇ ਜੇ ਪੇਮੈਂਟ ਦੀ ਗੱਲ ਕਰੀਏ ਪੇਮੈਂਟ ਤੁਹਾਨੂੰ ਕਿੰਨੇ ਦਿਨਾਂ ਮਿਲ ਜਾਂਦੀ? ਪੇਮੈਂਟ ਜੀ ਉਹਦੇ ਨਾਲ ਦੀ ਨਾਲ ਹੀ, ਪੇਮੈਂਟ ਨਹੀਂ ਕੋਈ ਇੰਨਾ ਦਿੱਕਤ ਨਹੀਂ ਆ ਰਹੀ, ਅਸੀਂ ਪਿਛਲੀ ਸੀਜ਼ਨ ਵੀ ਅਸੀਂ ਇੱਥੇ ਕਣਕ ਵਿੱਚ ਹੀ ਝੋਨਾ ਕਣਕ ਵਿੱਚ ਹੀ ਸੋਰੀ, ਅਤੇ ਸਾਨੂੰ ਨਾਲ ਦੀ ਨਾਲ ਹੀ ਉੱਥੋਂ ਪੇਮੈਂਟ ਸਾਡੇ ਅਕਾਊਂਟ 'ਚ ਆ। ਆਮ ਟਰਾਲੀ ਮਗਰ ਕਿੰਨਾ ਕੁ ਫਰਕ ਪੈ ਜਾਂਦਾ ਜੀ ਜਦੋਂ ਮੰਡੀ ਦੇ ਇੱਥੋਂ ਦਾ ਜੀ? ਭਾਅ ਜੀ ਮੈਂ ਤਾਂ ਮੇਰੀ ਇੱਕ ਨਾਲ ਦਾ ਵੀ 4-5 ਕੁਇੰਟਲ ਦਾ ਫਰਕ ਪੈ ਜਾਂਦਾ ਸਾਨੂੰ ਨਾਲ ਦਾ, ਉੱਥੋਂ ਨਾਲੋਂ ਜੇ ਨਾਲ ਦਾ ਇੱਥੇ ਲੈ ਕੇ ਆਉਂਦੇ ਹਾਂ। ਹਾਂਜੀ ਹਾਂ ਜੀ ਹਾਂ, ਖਰੀਦ ਸ਼ੁਰੂ ਹੋਈ ਹੈ। ਮੰਡੀ ਨਾਲੋਂ ਕਿੰਨਾ ਕੁ ਫਰਕ ਪੈਂਦਾ? ਮੰਡੀ ਨੂੰ ਹੀ ਸਮੇਂ ਦੀ ਬੱਚਤ ਆ, ਬਾਕੀ ਲੇਬਰ ਦੀ ਕੋਈ ਪ੍ਰੋਬਲਮ ਨਹੀਂ ਗੀ, 3-4 ਘੰਟੇ ਦੇ ਵਿੱਚ ਹੀ ਟਰਾਲੀ ਆਪਾਂ ਲਾ ਕੇ ਮੁੜ ਜਾਂਦੇ ਜ਼ਿਮੀਦਾਰ ਸਾਰੇ, ਅਤੇ ਬਾਕੀ ਕੋਈ ਇਹਦੇ ਵਿੱਚ ਕਾਟਾ ਨਹੀਂ ਲੱਗਦਾ ਗਾ। ਅਤੇ ਬਾਕੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਬੇਨਤੀ ਵੀ ਕੋਈ ਜੁਬ ਮਾੜੀ ਮੋਟੀ ਅਗਤੀ ਦਾਣਾ ਬਰੇਕ ਹੋਇਆ ਕੁਦਰਤੀ ਕਰੋਪੀ ਕਾਰਨ ਉਸਦਾ ਕੋਈ ਕੱਟ ਨਾ ਲਗਾਇਆ ਜਾਵੇ ਜਾਂ ਇਹ ਆਪਾਂ ਨੂੰ ਬੋਨਸ ਦਿੱਤਾ ਜਾਵੇ ਸਰਕਾਰ ਵੱਲੋਂ। ਮੰਡੀ ਨਾਲੋਂ ਸਹੂਲਤਾਂ ਜ਼ਿਆਦਾ ਮਿਲਦੀਆਂ? ਮੰਡੀ ਨਾਲੋਂ ਸਹੂਲਤ ਜ਼ਿਆਦਾ ਮਿਲਦੀ ਹੈ ਜੀ, ਕਿਉਂਕਿ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਜੀ, ਟਾਈਮ ਦੀ ਬੱਚਤ, ਟਾਈਮ ਵੀ ਬੱਚਦੇ, ਸਿੱਧਾ ਕੰਡਾ ਹੋ ਜਾਂਦਾ ਜੀ, ਲੇਬਰ ਦੀ ਵੀ ਬੱਚਤ ਆ ਜੀ।